मेरा भरा प्रदीप मारिया, वह 3 दिन हो गया कतल हो गया, वो बारे हजे कोई कार्रवाई नहीं होती। मेरा नाम नरेंद्र कुमार आ, मेरा भरा प्रदीप कुमार आ, 3 दिन हो गया कतल हो गया, ओदे बारे हजे कोई कार्रवाई नहीं होती। की कहंदे आ पुलिस वाले? पुलिस वाले हजे टाला मरोई करी जांदे आ। की कहंदे आ जदों जांदे? कहिंदे कोई गलबात पूरी नहीं सानूं दस्सण दे, ते उहदी जनानी नूं रात खड़दे ने, सवेरे खड़दे आ ते रात नूं छड्ड दिंदे ने। कौन जनानी कौन है जिहनूं खड़दे? उहदी जिहने कतल कीता, जिहने कतल कीता उहदी घर दी आ। ਤੁਹਾਨੂੰ ਕੀ ਲੱਗਦਾ ਕਿਹਨੇ ਕਿਹਨੇ ਕਤਲ ਕੀਤਾ? ਉਹ ਦੋਵੇਂ ਦੋਵੇਂ ਜਣੇ ਹੈਗੇ ਆ। ਕੀ ਨਾਮ ਹੈ? ਹਾਂ, ਇੱਕ ਰਮਣ ਆ ਤੇ ਉਹਦੀ ਹਾਂ ਉਹਦੀ ਉਹਦੀ ਵਾਈਫ। ਕੀ ਮੰਗ ਕੀ ਕਰਦੇ ਜੋ? ਮੰਗ ਆਪਾਂ ਕਰਨੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ। ਜੇ ਇਨਸਾਫ ਨਹੀਂ ਮਿਲਦਾ ਫਿਰ ਅੱਗੇ ਦੀ ਕੀ ਕਾਰਵਾਈ ਰਹੂਗੀ? ਜੇ ਇਨਸਾਫ ਨਹੀਂ ਮਿਲੇਗਾ ਤਾਂ ਫਿਰ ਆਪਾਂ ਲੋੜ ਅਨੁਸਾਰ 2 ਦਿਨ ਬਾਅਦ ਬਾਜ਼ਾਰ ਬੰਦ ਕਰਾਂਗੇ। ਬਾਜ਼ਾਰ ਬੰਦੀ ਕਾਲ ਦੇਵਾਂਗੇ। ਕਿਹੜੀ ਯੂਨੀਅਨ ਆ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ? ਮੇਰਾ ਨਾਮ ਸੰਜੀਵ ਮਹਾਜਨ, ਮੈਂ ਆਈਨਾਲਾ ਮਹਾਜਨ ਬਰਾਦਰੀ ਦਾ ਪ੍ਰਧਾਨ ਆ, ਔਰ ਜਿਸ ਲੜਕੇ ਦੀ ਪ੍ਰਦੀਪ ਕੁਮਾਰ ਸ਼ੇਰੂ ਦੀ ਡੈਥ ਹੋਈ ਉਹ ਮੇਰੇ ਚਾਚਾ ਜੀ ਦਾ ਬੇਟਾ। ਅਸੀਂ ਤੇ ਪ੍ਰਸ਼ਾਸਨ ਕੋਲੋਂ ਇਹੋ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ, ਜਿਹੜੇ ਉਹਦੇ ਕਾਤਲ ਨੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਸਾਡਾ ਫੇਰ ਹੀ ਮਨ ਠੰਡਾ ਹੋਏਗਾ। ਜੇਕਰ ਭਾਜੀ ਇਨਸਾਫ ਨਹੀਂ ਮਿਲਦਾ ਤਾਂ ਅਗਲਾ ਸਟੈਪ ਕੀ ਹੋਵੇ? ਫਿਰ ਅਗਲਾ ਸੰਘਰਸ਼ ਅਸੀਂ ਜ਼ਰੂਰ ਕਰਾਂਗੇ, ਧਰਨੇ ਲਾਣੇ ਪੈਣਗੇ ਤੇ ਧਰਨੇ ਵੀ ਲਾਵਾਂਗੇ ਜੀ। ਸਾਰਾ ਇਨਾਲਾ ਸਾਡੇ ਨਾਲ ਹੈ, ਸਾਰੇ ਸਹਿਯੋਗ ਸਾਡੇ ਨਾਲ ਕਰਨ ਲਈ ਤਿਆਰ ਨੇ, ਕਿਉਂਕਿ ਸਾਡੇ ਨੌਜਵਾਨ ਪੁੱਤਰ ਦੀ ਡੈਥ ਹੋਈ ਹੈ। ਇਹਦੇ 'ਚ ਕੋਈ ਵੀ ਇਨਾਲਾ ਨਿਵਾਸੀ ਇਹੋ ਜਿਹਾ ਨਹੀਂ ਜਿਹੜਾ ਸਾਡੇ ਨਾਲ ਨਹੀਂ ਤੁਰ ਸਕਦਾ, ਸਾਰੇ ਹੀ ਸਾਡੇ ਨਾਲ ਤੁਰਨਗੇ। ਮਹੱਲਾ ਨਿਵਾਸੀ, ਇਨਾਲਾ ਨਿਵਾਸੀ ਸਾਰੇ ਸਾਡੇ ਨਾਲ ਹੋਣਗੇ ਜੀ। ਗੱਲ ਦੀ ਜੀ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਵੀ? ਇੱਕ 22/7/2023 ਨੂੰ ਦੀ ਰਾਤ ਨੂੰ ਇੱਕ ਸਾਨੂੰ ਸੀਗਾ ਤੇ ਇੱਕ ਮਰਡਰ ਹੋਇਆ ਸਾਨੂੰ 22/7 ਦੀ ਸਵੇਰ ਨੂੰ ਤਾਰਾ ਮੰਡੀ 'ਚ ਡੈੱਡ ਬੋਡੀ ਮਿਲੀ ਸੀਗੀ। ਪ੍ਰਗੀਰ ਕੁਮਾਰ ਸਾਨੂੰ, ਸੁਤੇਸ਼ ਕੁਮਾਰ ਉਮਰ 33-34 ਉਮਰ ਸੀਗੀ, ਇੱਕ ਡੈੱਡ ਬੋਡੀ ਤਾਰਾ ਮੰਡੀ 'ਚ ਮਿਲੀ ਸੀ। ਅਸੀਂ ਉਸੇ ਟਾਈਮ ਹੀ ਡੈੱਡ ਬੋਡੀ ਲੈ ਕੇ ਹੋਸਪਿਟਲ ਨੂੰ ਦਾਖਲ ਕਰਾ ਕੇ ਉਹਨੂੰ ਉੱਥੇ ਐਡਮਿਟ ਕਰਾ ਕੇ ਉਹਦੇ ਵਿੱਚ ਜਮ੍ਹਾਂ ਕਰਾ ਕੇ ਉਹਦਾ ਪੋਸਟਮਾਰਟਮ ਕਰਾਇਆ ਅਤੇ ਅਸੀਂ ਉਦੋਂ ਤੋਂ ਹੀ CCTV ਕੈਮਰੇ ਚੈੱਕ ਕਰਕੇ ਉਹਦੀ ਤਫਤੀਸ਼ ਕਰ ਰਹੇ ਹਾਂ। ਅਸੀਂ ਉਸ ਟਾਈਮ ਹੀ ਉਸ 300 ਦਵਾਈ ਪੀ ਸੀ ਤਾਂ ਇੱਕ ਅਣਪਛਾਤੇ ਅਤੇ ਬੰਦੇ 'ਤੇ ਅਜੇ ਫਿਲਹਾਲ ਇੱਕ ਪਿੱਟੀ ਰਜਿਸਟਰ ਕੀਤਾ ਅਤੇ ਅਸੀਂ ਜਿੰਨਾ 'ਤੇ ਵੀ ਕੋਈ ਸਾਨੂੰ ਸ਼ੱਕ ਆ ਜਾਂ ਕੋਈ ਆਂਢ ਗੁਆਂਢ ਜਿੱਥੋਂ ਉਹ ਨਾਲ ਗਿਆ ਜਿਹੜੇ ਬੰਦੇ ਦਾ ਸਾਨੂੰ ਫੋਨ ਦੇ ਵਿੱਚ ਆ ਰਿਹਾ ਵੀ ਜਿਹਨਾਂ ਗੱਲ ਕੀਤੀ ਸਾਰਿਆਂ ਨੂੰ ਬੁਲਾ ਕੇ ਅਸੀਂ ਪੁੱਛਗਿੱਛ ਕਰ ਰਹੇ ਹਾਂ। ਜਿੱਥੇ ਜੋ ਵੀ ਸ਼ੱਕ ਕਰ ਰਹੇ ਉਹਨੂੰ ਵੀ ਉਹਨਾਂ 'ਤੇ ਇਹਨੂੰ ਸਾਰਿਆਂ ਨੂੰ ਬੁਲਾਇਆ ਔਰ ਅਸੀਂ ਛੇਤੀ ਇੱਕ 2 ਦਿਨਾਂ ਵਿੱਚ ਹੀ ਅਸੀਂ ਇਹ ਕੇਸ ਟ੍ਰੇਸ ਕਰ ਲਾਂਗੇ, ਅਸੀਂ ਜਿਹੜਾ ਮੇਨ ਕਿਉਂ ਉਹਨੂੰ ਫੜ ਲਾਂਗੇ। ਹਾਂਜੀ, CCTV ਫੁਟੇਜ ਖੰਗਾਲੇ ਜਾ ਰਹੇ ਜਿਹਦੇ ਜਿਹੜਾ ਆਦਮੀ ਉਹਦੇ ਨਾਲ ਸੀ ਉਸ ਦਿਨ ਰਾਤ ਨੂੰ ਨਾਲ ਸੀਗਾ, ਅਸੀਂ ਉਹਦੀ ਭਾਲ ਕਰ ਰਹੇ ਹਾਂ। ਉਹ ਫਿਲਹਾਲ ਸਾਡੇ ਪਹੁੰਚ ਤੋਂ ਥੋੜ੍ਹਾ ਦੂਰ ਆ ਔਰ ਸਾਨੂੰ ਆਸ ਹੈ ਵੀ ਅਸੀਂ ਜਲਦੀ ਨੂੰ ਫੜ ਲਾਂਗੇ। ਸਰ ਬੰਦ ਦੀ ਕੋਲ ਦਿੱਤੀ ਗਈ ਉਹਨਾਂ ਨੂੰ ਦਿੱਤਾ ਜਾ ਰਿਹਾ ਵੀ ਜੇ 2 ਦਿਨ ਤੱਕ ਨਹੀਂ ਅਰੈਸਟ ਹੁੰਦਾ ਤੇ ਅਸੀਂ ਫਿਰ ਪੰਜਾਬ ਬਜਾ ਬੰਦ ਕਰਾਂਗੇ। ਹਾਂ, ਉਹ ਇਸ ਤਰ੍ਹਾਂ ਵੀ ਜਿਹੜਾ ਅਕਿਊਜ਼ ਆ ਜਿਹੜਾ ਉਹ ਦੂਜਾ ਜਿਹੜਾ ਮਰਨ ਵਾਲਾ ਸੀ ਵਿਕਟਮ ਜਿਹੜਾ ਸੀਗਾ ਪ੍ਰਦੀਪ ਮਾਰ, ਉਹਦੀ ਫੈਮਿਲੀ ਜਿਹੜੀ ਮਹਾਜਨ ਫੈਮਿਲੀ ਆ ਉਹ ਸਾਡੇ ਇਨ ਟੱਚ ਆ, ਅੱਜ ਵੀ ਉਹਨਾਂ ਨੂੰ ਮਿਲ ਕੇ ਗਏ ਆ, ਉਹ ਉਹਨਾਂ ਨੇ ਸਾਡੇ ਨਾਲ ਗੱਲ ਕਰਦੇ, ਸਾਡੇ ਪੂਰੀ ਉਹਨਾਂ ਨਾਲ ਹਮਦਰਦੀ ਹੈਗੀ ਆ, ਅਸੀਂ ਉਹਨਾਂ ਨੂੰ ਵਿਸ਼ਵਾਸ ਹੋਇਆ ਕਿ ਅਸੀਂ 1-2 ਦਿਨ ਵਿੱਚ ਪੂਰਾ ਅਸੀਂ ਜਿਹੜਾ ਮੇਨ ਹੈ ਉਹਨੂੰ ਰੈਸਟ ਕਰ ਲਾਂਗੇ ਔਰ ਉਹ ਸੈਟਿਸਫਾਈ ਆ, ਪੂਰੇ ਸੰਤੁਸ਼ਟ ਆ, ਉਹ ਸਾਡੇ ਨਾਲ ਪੂਰਾ ਕੋਆਪਰੇਟ ਕਰ ਰਹੇ ਆ, ਅਸੀਂ ਕਰ ਲਾਂਗੇ ਬਿਲਕੁਲ ਰੈਸਟ ਕਰ ਲਾਂਗੇ।